ਫਿਲਮ ਦੇ ਵਿੱਚ ਡਾਇਲੋਗ ਮਤਲਬ ਐਵੇਂ ਸਪੈਸ਼ਲ ਡਾਇਲੋਗ ਨਹੀਂ ਹੈਗੇ, ਮਤਲਬ ਜਿਵੇਂ ਪੰਜਾਬੀ ਫਿਲਮਿੰਗ ਮਤਲਬ ਈਵਨ ਫਿਲਮਿੰਗ ਦੇ ਵਿੱਚ ਹੁੰਦਾ ਆ ਕਿ ਇੱਕ ਲਫ਼ਜ਼ ਹੁੰਦੇ ਨੇ ਘਰੋੜ ਕੇ ਡਾਇਲੋਗ ਬੋਲੇ ਹੁੰਦੇ ਨੇ ਵਾਰ ਵਾਰ, ਐਵੇਂ ਨਹੀਂ ਤੁਸੀਂ ਜਦੋਂ ਕੋਈ ਫਿਲਮ ਉਹ ਫਿਲਮ ਦੇਖੋਗੇ ਇੱਕ ਵੇਲਾ ਤੁਹਾਨੂੰ ਐਂ ਲੱਗੂਗਾ ਕਿ ਐਵੇਂ ਗੱਲਾਂ ਬਾਤਾਂ ਕਰ ਰਹੇ ਜਿਵੇਂ ਆਮ ਗੱਲਾਂ ਜ਼ਿੰਦਗੀ 'ਚ ਗੱਲਾਂ ਕਰਦੇ ਨੇ, ਕਿਉਂਕਿ ਉਹਦੇ ਵਿੱਚ ਕੋਈ ਸਪੈਸ਼ਲ ਐਵੇਂ ਡਾਇਲੋਗ ਨਹੀਂ ਹੈਗੇ। ਨਹੀਂ ਭੂਤ ਮਤਲਬ ਇਹਦੇ 'ਚ ਤੁਹਾਡੇ ਮਨਾਂ ਦੇ ਭੂਤ ਦੱਸੇ ਹੋਏ ਨੇ, ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਹਿ ਦੋਗੇ ਮਤਲਬ ਸਪੈਸ਼ਲ ਭੂਤ ਦੇਖਦੇ ਨੇ, ਉਹ ਨਹੀਂ ਹੈਗਾ। ਮਤਲਬ ਮਾੜਾ ਜਿਹਾ ਪਿੱਛੇ ਐਂਡ 'ਚ ਤੁਹਾਨੂੰ ਲੱਗਦਾ ਉਹ ਇੱਕ ਤਰ੍ਹਾਂ ਦੇ ਹਲਕਾਏ ਹੋਏ ਬੰਦੇ ਨੇ, ਮਤਲਬ ਹਲਕ ਜਾਂਦਾ ਬੰਦਾ ਉਹ ਆ, ਮਤਲਬ ਭੂਤ ਨਹੀਂ ਹੈਗੀ। ਇੱਕ ਫਿਲਮ ਸ਼ੁਰੂ ਹੁੰਦੀ ਆ ਐਵੇਂ ਵੱਧਦੀ ਜਾ ਰਹੀ ਆ, ਇਹ ਵੱਧਦੀ ਆ ਫਿਰ ਘੱਟਦੀ ਆ ਫਿਰ ਵੱਧਦੀ, ਮਤਲਬ ਉੱਪਰ ਥੱਲੇ ਆ ਤੁਹਾਨੂੰ ਬੰਨ ਕੇ ਰੱਖੇ। ਹਾਂ ਬੰਨ ਕੇ ਜ਼ਰੂਰ ਰੱਖੇ, ਬੋਰ ਨਹੀਂ ਕਹੂਗਾ ਮੈਂ, ਕਿਉਂਕਿ ਮੈਂ ਫਿਲਮ ਕੀਤੀ ਆ ਅਤੇ ਪਰ ਮੈਂ ਆਪ ਨਹੀਂ ਬੋਰ ਹੋਇਆ, ਕਿਉਂਕਿ ਮੈਂ ਬਹੁਤ ਇਹੋ ਜਿਹਾ ਬੰਦਾ ਜਿਹੜਾ ਮੈਂ ਐਕਸ਼ਨ ਫਿਲਮਾਂ ਦੇਖਦਾ, ਐਕਸ਼ਨ ਫਿਲਮਾਂ ਕਿਵੇਂ ਦੀਆਂ ਕੱਟ 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 ਕਰਕੇ ਚੱਲਦੀਆਂ, ਹੈ ਨਾ। ਹਾਂਜੀ ਹਾਂ, ਇਹਦੇ ਵਿੱਚ ਲੰਬੀ ਇਸ ਕਰਕੇ ਕਿਉਂਕਿ ਇਹਦੇ 'ਚ ਲੌਂਗ ਟੇਕ ਬਹੁਤ ਨੇ, ਤਾਂ ਸਰ ਨੇ ਵੀ ਦੱਸਦੇ ਆ ਤਾਂ ਉਹ ਤੁਹਾਡੇ ਵਿੱਚੋਂ ਆਪਣਾ ਆਪ ਦੇਖਦਾ ਜੇ ਤੂੰ ਕਿਸੇ ਨੂੰ ਸਰ ਨੇ ਵੀ ਦੱਸਤਾ ਅੱਛਾ ਇਹ ਉਹ ਆ। ਕਈਆਂ ਦੇ ਉੱਪਰ ਕਹਾਣੀਆਂ ਹੈਗੀਆਂ ਨੇ ਪਿੱਛੇ ਅਤੇ ਇਹ ਤਾਂ ਉਹ ਨੇ, ਉਹ ਜੱਜ ਕਰ ਲੈਂਦੇ ਨਹੀਂ ਇਹ ਤਾਂ ਮਾੜੇ ਹੁੰਦੇ ਨੇ। ਤੂੰ ਮੈਨੂੰ ਵੀ ਕਦੀ ਕਿਸੇ ਨੇ ਪੁੱਛਿਆ ਮੈਂ ਦੱਸਦਾ ਨਹੀਂ ਹੈਗਾ, ਮੈਂ ਫਾਰਮਰ ਕਿਸਾਨ ਆ ਜੀ, ਕੋਈ ਵੀ ਹੋ ਸਕਦਾ। ਹਾਂਜੀ ਪੰਜਾਬ ਦੇ ਮਤਲਬ ਸੋਹਣੇ ਰੰਗ ਮੈਨੂੰ ਦਿਖਾਉਣ ਦਾ ਆਦਤ ਆ, ਮਤਲਬ ਮੈਨੂੰ ਨੈਗੇਟਿਵ ਚੀਜ਼ ਪਸੰਦ ਨਹੀਂ ਹੈਗੀ ਕਿ ਪੰਜਾਬ ਦੇ ਬਾਰੇ ਨੈਗੇਟਿਵ ਕਰੇ ਵੀ ਮੈਨੂੰ ਗੁੱਸਾ ਆਉਂਦਾ ਕਿ ਹਾਂ ਵੀ, ਕਿਉਂਕਿ ਮਤਲਬ ਇੱਕ ਬੰਦੇ ਦੀ ਸਾਈਕੋਲੋਜੀ ਕੀ ਆ, ਜੇ ਤੁਸੀਂ ਕਿਸੇ ਨੂੰ 100 ਗੱਲਾਂ ਚੰਗੀਆਂ ਦੱਸੋ ਉਹ ਐਨਰਜੀ ਲੈ ਕੇ ਆਉਂਦਾ, ਤੁਸੀਂ ਇੱਕ ਮਾੜੀ ਦੱਸ ਦਿਉ ਉਹਦੇ ਬਰਾਬਰ ਲੋ ਇੱਕ ਦੂਜੇ ਨੈਗੇਟਿਵ ਵੀ ਬਾਹਲਾ ਨੈਗੇਟਿਵ ਜਾਂਦਾ, ਉਹ ਤੋਂ ਭਾਰੀ ਆ 100 ਗੱਲਾਂ ਤੋਂ। ਸਾਡੇ ਗੁੜ ਮਾੜਾ ਚੰਗਾ ਸੀਗਾ ਉਹਨੂੰ ਮਾੜਾ ਬਣਾ ਤਾ, ਘਿਓ ਚੰਗਾ ਸੀਗਾ ਉਹਨੂੰ ਮਾੜਾ ਬਣਾ ਤਾ, ਜਦਕਿ ਘਿਓ ਤੁਸੀਂ ਰੋਜ਼ 3 ਚਮਚੇ ਖਾ ਸਕਦੇ ਤੁਹਾਨੂੰ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ ਸੋ PBN ਦੇ ਇੰਟਰਟੇਨਮੈਂਟ ਦੇ ਕੈਨ ਸ਼ੋ ਵਿਦੇਸ਼ ਤੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਤੁਹਾਨੂੰ ਮਿਲਵਾਉਣ ਲੈ ਕੇ ਜਾ ਰਹੇ ਹਾਂ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਯਾਨੀ ਕਿ ਹਰ ਭਾਜੀ ਨਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ। ਆਪਾਂ ਗੱਲ ਕਰੀਏ ਤੁਹਾਨੂੰ ਕਿਹੜਾ ਪਿੰਡ ਆ ਆਪਣਾ, ਕਿੱਥੇ ਤੁਹਾਡਾ ਜਨਮ ਹੋਇਆ, ਪੜ੍ਹਾਈ ਕਿੱਥੋਂ ਕੀਤੀ ਸੀ? ਮੇਰਾ ਪਿੰਡ ਹੈ ਜੀ ਨਡਾਲੋਂ, ਸਾਡਾ ਹੈਗਾ ਜ਼ਿਲ੍ਹਾ ਹੁਸ਼ਿਆਰਪੁਰ ਪੈਂਦਾ ਅਤੇ ਹੁਸ਼ਿਆਰਪੁਰ ਦੇ ਲਾਸਟ ਇੱਧਰ ਫਗਵਾੜੇ ਦੇ ਕੋਲ, ਫਗਵਾੜੇ ਤੋਂ 20 ਕਿਲੋਮੀਟਰ 'ਤੇ ਗਏ ਸੀ ਨਡਾਲੋਂ ਪਿੰਡ ਆ ਮੇਰਾ। ਤਾਂ ਬਸ ਪੜ੍ਹਾਈ ਮੈਂ ਪਹਿਲਾਂ ਪਿੰਡ ਤੋਂ ਸਕੂਲਿੰਗ ਕੀਤੀ ਆ, ਫਿਰ ਜਲੰਧਰ APJ ਕਾਲਜ ਤੋਂ ਗ੍ਰੈਜੂਏਸ਼ਨ ਅਤੇ ਮਾਸਟਰਸ ਮੇਰੀ ਪੂਨੇ ਹੋਈ ਸੋਫਟਵੇਅਰ ਇੰਜੀਨੀਅਰਿੰਗ 'ਚ। ਹਾਂਜੀ। ਅਤੇ ਫੈਮਿਲੀ 'ਚ ਕੌਣ ਕੌਣ? ਮੇਰੀ ਫੈਮਿਲੀ ਵਿੱਚ ਮੇਰੀ ਮੰਮੀ, ਡੈਡੀ, ਭਾਈ, ਭਾਬੀ, ਮੇਰੀ ਵਹੁਟੀ, ਮੇਰੀ ਜਵਾਕੜੀ। ਹਾਂਜੀ। ਸੋ ਆਪਾਂ ਗੱਲ ਕਰੀਏ, ਸ਼ੌਂਕ ਤੁਹਾਨੂੰ ਬਚਪਨ ਤੋਂ ਹੀ ਸੀਗਾ ਇੰਡਸਟਰੀ ਦਾ? ਨਹੀਂ ਨਹੀਂ ਜੀ, ਹਾਲਾਤਾਂ ਨੇ ਇੱਥੇ ਤੱਕ ਲੈ ਜਾਂਦਾ ਮੈਨੂੰ। ਮੈਂ ਸਟੱਡੀ ਕੀਤੀ ਪੂਨੇ ਸੋਫਟਵੇਅਰ ਇੰਜੀਨੀਅਰਿੰਗ ਅਤੇ ਉਸ ਤੋਂ ਬਾਅਦ ਉਦੋਂ ਇਕਨੋਮਿਕ ਸਲੋ ਡਾਊਨ ਸੀਗਾ, ਤਾਂ ਸਲੋ ਡਾਊਨ ਦੇ ਵਿੱਚ ਜੋਬ ਨਹੀਂ ਮਿਲੀ ਮੈਨੂੰ, ਤਾਂ ਉੱਥੇ ਫਰੈਸ਼ਰਸ ਦੀ ਕੋਈ ਪੁੱਛਦਾ ਨਹੀਂ ਸੀਗਾ। ਫਿਰ ਹੌਲੀ ਹੌਲੀ ਪੰਜਾਬ ਦੇ ਵਿੱਚ ਆ ਗਿਆ ਮੈਂ, ਪੰਜਾਬ ਵਿੱਚ ਜਦੋਂ ਆਇਆ ਇੱਥੇ ਪਿੰਡਾਂ 'ਚ ਮੈਂ ਫੋਟੋਗ੍ਰਾਫੀ ਕਰਨ ਲੱਗ ਪਿਆ ਪਿੰਡ ਦੇ, ਕਿਉਂਕਿ ਮੈਂ ਪਤਾ ਨਹੀਂ ਮੇਰੇ ਕੋਲ ਕੈਮਰਾ ਹੱਥ ਲੱਗਾ, ਮੈਂ ਫੋਟੋਆਂ ਸ਼ੁਰੂ ਕਰਦੇ ਵਿਹਲਾ ਹੁੰਦਾ ਸੀਗਾ, ਮੈਂ ਪੰਜਾਬ ਦੀਆਂ ਫੋਟੋਆਂ ਖਿੱਚੀਆਂ ਪਿੰਡਾਂ ਦੇ ਲੋਕਾਂ ਦੀਆਂ, ਕਣਕਾਂ ਦੀਆਂ ਵਾਢੀਆਂ ਕਰਦੇ ਹੁੰਦੀਆਂ। ਤਾਂ ਉਸ ਤੋਂ ਅੱਗੇ ਅੱਗੇ ਫਿਰ ਮੈਂ ਸੋਚਿਆ ਜਦੋਂ ਮੈਂ ਫੋਟੋਆਂ ਖਿੱਚਦਾ ਸੀਗਾ, ਮੈਂ ਸੋਚਿਆ ਇਹਨਾਂ ਨੂੰ ਵੀਡੀਓ ਬਣਾ ਸਕਦਾ ਲਾਈਵ ਕੈਪਚਰ ਕਰਦੇ ਕਰਦੇ। ਫਿਰ ਮੈਂ ਲੱਗਾ ਕਿ ਹਾਂ ਵੀ ਬੰਦੇ, ਕਿਉਂਕਿ ਕਈ ਵੇਲੇ ਜਦੋਂ ਤੁਸੀਂ ਸ਼ੋਟ ਲੈਂਦੇ ਆ ਕਿਸੇ ਵੇਲੇ ਉਹਨਾਂ ਨੂੰ ਡਾਇਰੈਕਟ ਕਰਨਾ ਪੈਂਦਾ ਵੀ ਐਂ ਮੂਵਮੈਂਟ ਕਰ ਦਿਉ, ਹੈ ਨਾ, ਮਤਲਬ ਉਹ ਕੈਮਰੇ ਦੇ ਹਿਸਾਬ ਨਾਲ। ਸੋ ਉਹ ਕਰਦੇ ਕਰਦੇ ਫਿਰ ਮੈਂ ਡਾਇਰੈਕਸ਼ਨ ਕਰ ਮੈਂ ਥੋੜ੍ਹੀ ਜਿਹੀ ਮਿਊਜ਼ਿਕ ਵੀਡੀਓ ਡਾਇਰੈਕਟ ਕੀਤੀਆਂ, ਤਾਂ ਉਸ ਤੋਂ ਬਾਅਦ ਫਿਰ ਮੈਂ ਕੈਮਰੇ ਮੂਹਰੇ ਆਪ ਆਉਣ ਲੱਗ ਪਿਆ ਵੀ ਆਈ ਕੈਨ ਆਲਸੋ ਐਕਟ, ਤਾਂ ਐਵੇਂ ਕੈਮਰੇ ਮੂਹਰੇ ਆ ਗਿਆ। ਸੋ ਇਸ ਫਿਲਮ 'ਤੇ ਜਿਹੜਾ ਸਾਡੀ ਫਿਲਮ ਕਵੇਲਾ ਆ ਰਹੀ ਹੈ 21 ਅਪ੍ਰੈਲ ਨੂੰ, ਉਹਦੇ ਵਿੱਚ ਜਿਹੜਾ ਡਾਇਰੈਕਟਰ ਆ ਉਹ ਮੈਨੂੰ ਸਭ ਤੋਂ ਪਹਿਲਾਂ ਕੈਮਰੇ ਮੂਹਰੇ ਲੈ ਕੇ ਆਇਆ ਸੀਗਾ ਕਿ ਹਾਂ ਵੀ ਤੂੰ ਆ ਜਾ। ਸਿੰਗਿੰਗ ਦਾ ਵੀ ਤੁਹਾਨੂੰ ਸ਼ੌਂਕ ਹੈਗਾ? ਨਹੀਂ ਨਹੀਂ ਬਿਲਕੁਲ ਨਹੀਂ ਨਹੀਂ, ਮੈਂ ਸਿੰਗਰ ਨਹੀਂ, ਮਤਲਬ ਮੈਂ ਐਕਟਰ ਹੀ ਐਜ਼ ਏ ਐਕਟਰ ਹੀ ਆਇਆ, ਕਿਉਂਕਿ ਪੰਜਾਬ ਦੇ ਵਿੱਚ ਇੱਕ ਦੌਰ ਜਿਹਾ ਚੱਲ ਰਿਹਾ ਕਿ ਸਿੰਗਰ ਆਰਟਿਸਟ ਹੀ ਅੱਗੇ ਲੀਡ ਰੋਲ 'ਤੇ ਆਉਂਦਾ, ਹੈ ਨਾ। ਤਾਂ ਪਤਾ ਨਹੀਂ ਮੇਰਾ ਇੱਕ ਹੈ ਕਿ ਕੋਈ ਹੋਰ ਵੀ ਐਕਟਰ ਆਵੇ, ਕਿਉਂਕਿ ਬਹੁਤ ਸਾਰੇ ਵਧੀਆ ਐਕਟਰ ਆ, ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ। ਹੈ ਨਾ ਜੀ। ਸੋ ਖੁੱਲ੍ਹ ਕੇ ਦੱਸੋ ਉਸ ਚੀਜ਼ ਨੂੰ, ਬਿਆ ਤੋਂ ਮੈਂ ਮੇਰਾ ਮਤਲਬ ਮੇਰੀ ਜਿੱਦ ਜੀ ਵੀ ਕਹਿ ਸਕਦੇ ਆ, ਇੱਕ ਮੇਰਾ ਮੰਨਣਾ ਵੀ, ਇੱਕ ਮੇਰਾ ਥੋਟ ਵੀ ਕਿ ਉਸ ਚੀਜ਼ ਨੂੰ ਤੋੜਨਾ ਆ ਕਿ ਹਾਂ ਵੀ, ਕਿਉਂਕਿ ਹੋਰ ਬਹੁਤ ਨੇ। ਹਾਂਜੀ। ਕਿਉਂਕਿ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ, ਅੰਮ੍ਰਿਤਸਰ ਦੀ ਗੱਲ ਕਰੀਏ, ਥੀਏਟਰ ਬਹੁਤ ਨੇ, ਪੰਜਾਬ ਕਲਾ ਬਾਬਾ ਟੈਗੋਰ ਫਿਲਮ ਜਿਹੜੀ ਕਵੇਲਾ ਆ ਰਹੀ ਆ ਉਹਦੇ ਵਿੱਚ ਵੀ ਸਾਰੇ ਥੀਏਟਰ ਆਰਟਿਸਟ ਹੀ ਨੇ, ਮਤਲਬ ਜਿਹੜੇ ਐਕਟ ਕਰਦੇ ਨੇ, ਕਿਉਂਕਿ ਜੇ ਅਸੀਂ ਕਿਸੇ ਹੋਰ ਤੋਂ ਕਰਾਈਏ ਕਿ ਦੇਖ ਲਓ ਪੰਜਾਬ ਦੀ ਕੀ ਉਹ ਆ ਇੰਡਸਟਰੀ ਦੀ, ਜਿਹੜਾ ਥੀਏਟਰ ਆਰਟਿਸਟ ਆ ਉਹਦੇ ਕੋਲ ਆਡੀਸ਼ਨ ਲੈਂਦੇ ਆ, ਜਿਹੜਾ ਨਹੀਂ ਜਿਹਨੇ ਕਦੀ ਐਕਟ ਵੀ ਨਹੀਂ ਕੀਤਾ ਹੁੰਦਾ ਤਾਂ ਉਹਦੇ ਕੋਲ ਆਡੀਸ਼ਨ ਨਹੀਂ ਲੈਂਦੇ ਹੈ, ਉਹਨੂੰ ਵੀ ਆਡੀਸ਼ਨ ਦੇਣਾ ਪੈਂਦਾ ਥੀਏਟਰ ਆਰਟਿਸਟ। ਸਾਡੀ ਫਿਲਮ 'ਚ ਕੋਈ ਥੀਏਟਰ ਆ ਮਤਲਬ ਆਡੀਸ਼ਨ ਨਹੀਂ ਹੋਇਆ ਸੀ, ਹਰੇਕ ਅਤੇ ਸਾਰੇ ਥੀਏਟਰ ਵਾਲੇ ਨੇ
ਮੈਨੂੰ ਛੱਡ ਕੇ ਬਿਲਕੁਲ ਬਿਲਕੁਲ ਸੋ ਕੈਮਰੇ ਮਤਲਬ ਤੁਸੀਂ ਕਿਹਾ ਕਿ ਮੈਨੂੰ ਇਸ ਤਰ੍ਹਾਂ ਲੈ ਕੇ ਤੁਸੀਂ ਗੱਲ ਦੱਸ ਰਹੇ ਕਿ ਸੁਭਾਸ਼ ਗਈ ਤੋਂ ਵੀ ਉਹਨਾਂ ਨੇ ਪਾਸ ਕੀਤੀ ਹੈ ਬੋਂਬੇ ਰਹਿੰਦੇ ਦੋਸਤ ਜੋ ਫਿਲਮ ਦਾ ਡਾਇਰੈਕਟਰ ਆ ਉਹਨੇ ਡਾਇਰੈਕਸ਼ਨ ਕੀਤੀ ਆ ਕੋਰਸ ਜਿਹੜਾ ਕੀਤਾ ਉਹ ਸੁਭਾਸ਼ ਗਈ ਉਹਨਾਂ ਦਾ ਕਾਲਜ ਆ ਬੋਂਬੇ ਇੰਟਰਨੈਸ਼ਨਲ ਬਿਜ਼ਨਸ ਬੋਰਡ ਅਤੇ ਉੱਥੋਂ ਪਾਸ ਆਊਟ ਹੈ ਜੀ ਬਿਲਕੁਲ ਤੁਸੀਂ ਹੁਣ ਆਪਣੀ ਗੱਲ ਵੀ ਚੱਲ ਰਹੀ ਸੀ ਰੱਬ ਦਾ ਰੇਡੀਓ ਜਿਹੜੀ ਹੈਗੀ ਉਹਦੇ ਸਟਾਰਟਿੰਗ ਦਾ ਸੀਨ ਆਪਣੇ ਤੋਂ ਸ਼ੁਰੂ ਹੋਇਆ ਹਾਂਜੀ ਮਤਲਬ ਉਹ ਫਿਲਮ ਦੇ ਜਿਹੜੇ ਕੁਝ ਸੀਨ ਨੇ ਮਤਲਬ ਪੰਜਾਬ ਦਾ ਇੱਕ ਮੇਰੀ ਮਿਹਨਤ ਜਾ ਰਹੀ ਹੈ ਤੇਰੀ ਰਹਿਮਤ ਜਾ ਰਹੀ ਹੈ ਐਵੇਂ ਗੀਤ ਇੱਕ ਅਤੇ ਉਹ ਫੁਟੇਜ ਸੀ ਉਹਨਾਂ ਦੀ ਸ਼ੁਰੂਆਤ ਲਈ ਹਾਂਜੀ ਬਿਲਕੁਲ ਜੇ ਆਪਾਂ ਹੁਣ ਗੱਲ ਕਰੀਏ ਤੁਹਾਡੀ ਫਿਲਮ ਦੀ ਕਵੇਲਾ ਦੀ ਇਹ ਨਾਮ ਕਿਸ ਤਰ੍ਹਾਂ ਪਿਆ ਕਵੇਲਾ ਕਵੇਲਾ ਜਿਵੇਂ ਮੈਂ ਦੱਸਦਾ ਹੈ ਕਿਉਂਕਿ ਉਸਦੀ ਫਿਲਮ ਦੀ ਸਟੋਰੀ ਉਹਦੀ ਖੁਦ ਦੀ ਆ ਕਿ ਉਹ ਕਹਿ ਰਿਹਾ ਜਿਵੇਂ ਉਹ ਪਿੰਡ ਵੇ ਕਿਤੇ ਖੇਤਾਂ 'ਚ ਖੜ੍ਹਾ ਸੀਗਾ ਉਹਨੇ ਇੱਕ ਜਾਨਵਰ ਦੇ ਪੰਜੇ ਦੇ ਨਿਸ਼ਾਨ ਦੇਖੇ ਸੋ ਉਹਦੇ ਦਿਮਾਗ 'ਚ ਰਿਹਾ ਉਹ ਖਿਆਲ ਉਹ ਥੋੜ੍ਹੇ ਚਿਰਾਂ ਬਾਅਦ ਉਹ ਖਿਆਲ ਇੱਕ ਸਕ੍ਰਿਪਟ ਬਣ ਕੇ ਨਿਕਲਿਆ ਹਾਂਜੀ ਅਤੇ ਫਿਲਮ ਦਾ ਕੋਈ ਇਹੋ ਜਿਹਾ ਡਾਇਲੋਗ ਜਿਹੜਾ ਪੂਰੀ ਫਿਲਮ 'ਚ ਆਪਾਂ ਨੂੰ ਸੁਣਨ ਮਿਲੂ ਫਿਲਮ ਦੇ ਵਿੱਚ ਡਾਇਲੋਗ ਮਤਲਬ ਐਵੇਂ ਸਪੈਸ਼ਲ ਡਾਇਲੋਗ ਨਹੀਂ ਹੈਗੇ ਮਤਲਬ ਜਿਵੇਂ ਪੰਜਾਬੀ ਫਿਲਮਿੰਗ ਮਤਲਬ ਈਵਨ ਫਿਲਮਿੰਗ ਦੇ ਵਿੱਚ ਹੁੰਦਾ ਆ ਕਿ ਇੱਕ ਲਫਜ਼ ਹੁੰਦੇ ਨੇ ਘਰੋੜ ਕੇ ਡਾਇਲੋਗ ਬੋਲੇ ਹੁੰਦੇ ਨੇ ਵਾਰ ਵਾਰ ਐਵੇਂ ਨਹੀਂ ਤੁਸੀਂ ਜਦੋਂ ਕੋਈ ਫਿਲਮ ਉਹ ਫਿਲਮ ਦੇਖੋਗੇ ਕਵੇਲਾ ਤੁਹਾਨੂੰ ਐਂ ਲੱਗੂਗਾ ਕਿ ਐਵੇਂ ਗੱਲਾਂ ਬਾਤਾਂ ਕਰ ਰਹੇ ਜਿਵੇਂ ਆਮ ਗੱਲਾਂ ਜ਼ਿੰਦਗੀ 'ਚ ਗੱਲਾਂ ਕਰਦੇ ਨੇ ਕਿਉਂਕਿ ਉਹਦੇ ਵਿੱਚ ਕੋਈ ਸਪੈਸ਼ਲ ਐਵੇਂ ਡਾਇਲੋਗ ਨਹੀਂ ਹੈਗੇ ਕਿ ਕਿਉਂਕਿ ਤੁਹਾਨੂੰ ਮਹਿਸੂਸ ਹੋਊਗਾ ਕਿ ਆਮ ਇਹ ਸਿੰਪਲ ਡਾਇਲੋਗ ਬੋਲ ਰਹੇ ਨੇ ਸਿੰਪਲ ਸਟੋਰੀ ਆ ਕੋਈ ਉਹ ਨਹੀਂ ਹੈਗਾ ਮਤਲਬ ਡਾਇਲੋਗ ਵੀ ਇਹਨੂੰ ਫਲੈਟ ਬੋਲੇ ਹੋਏ ਨੇ ਜੋ ਆਮ ਲਾਈਫ ਵਿੱਚ ਕਿ ਜਿਵੇਂ ਫਿਲਮਿੰਗ ਪੰਜਾਬੀ ਫਿਲਮਿੰਗ ਆ ਉਹਦੇ 'ਚ ਲਾਊਡ ਡਾਇਲੋਗ ਬੋਲੇ ਜਾਂਦੇ ਨੇ ਬੜੇ ਲਾਊਡ ਬੋਲੇ ਜਾਂਦੇ ਨੇ ਮੈਂ ਨਹੀਂ ਲਾਊਡ ਮੈਂ ਲਾਊਡ ਜਮੇ ਨਹੀਂ ਬੋਲ ਸਕਦਾ ਮੈਂ ਤਾਂ ਡਾਇਰੈਕਟਰ ਆ ਤੁਹਾਡਾ ਕਿਹੜਾ ਡਾਇਲੋਗ ਜਿਹੜਾ ਮੇਨ ਸੀ ਬਿਲਕੁਲ ਨੀਚੇ ਤੋਂ ਬੋਲਿਆ ਜਿਹੜਾ ਮੈਂ ਨੀਚੇ ਹੁਣ ਤਾਂ ਮੇਰੇ ਭੁੱਲ ਵੀ ਗਈ ਆਪਣਾ ਕਿਰਦਾਰ ਬਾਰੇ ਦੱਸੋ ਕਿਰਦਾਰ ਦੇ ਵਿੱਚ ਪਤਾ ਲੱਗ ਪਿਆ ਪੁਲਿਸ ਇੰਸਪੈਕਟਰ ਦਾ ਕਿਰਦਾਰ ਹੈ ਜੀ ਇੱਕ ਫਿਲਮ ਸਾਡੀ ਮਰਡਰ ਮਿਸਟਰੀ ਤੋਂ ਸ਼ੁਰੂ ਹੁੰਦੀ ਆ ਤਾਂ ਉਹਦੀ ਇਨਵੈਸਟੀਗੇਸ਼ਨ ਕਰਨ ਲਈ ਆਉਂਦਾ ਇੰਸਪੈਕਟਰ ਅਤੇ ਇੱਕ ਸਬ ਇੰਸਪੈਕਟਰ ਆ ਦੋ ਕਰੈਕਟਰ ਨੇ ਮੇਨ ਇੱਕ ਮਹਾਂਵੀਰ ਭੁੱਲਰ ਨੇ ਬਹੁਤ ਵਧੀਆ ਐਕਟਰ ਨੇ ਪੰਜਾਬੀ ਮਤਲਬ ਇੰਡਸਟਰੀ ਵਿੱਚ ਵਧੀਆ ਮਤਲਬ ਜਿਹਨੂੰ ਵਧੀਆ ਕਹਿ ਸਕਦੇ ਹਾਂ ਉਹ ਨੇ ਅਤੇ ਹੋਰ ਕੌਣ ਕੌਣ ਹੈ ਮੇਰੇ ਨਾਲ ਮਹਾਂਵੀਰ ਭੁੱਲਰ ਨੇ ਇੱਕ ਸ਼ਹਿਨਾਜ਼ ਗਿੱਲ ਆ ਮਾਡਲ ਕੁੜੀ ਉਹ ਵੀ ਆ ਅਤੇ ਮਨੀ ਕੁਲਾਰ ਬਲਜੀਤ ਉਹ ਮਤਲਬ ਸਾਰੇ ਥੀਏਟਰ ਵਾਲੇ ਨੇ ਬਰਨਾਲੇ ਤੋਂ ਨੇ ਬਠਿੰਡੇ ਤੋਂ ਨੇ ਬਰਨਾਲੇ ਤੋਂ ਸੰਦੀਪ ਬਰਨਾਲਾ ਭਾਅ ਜੀ ਆ ਅਤੇ ਮੁਕਤਸਰ ਤੋਂ ਨੇ ਨਾ ਭਾਰਤੀ ਦਾ ਮਤਲਬ ਥੀਏਟਰ ਵਾਲੇ ਸਾਰੇ ਜੋ ਮਤਲਬ ਹੰਢੇ ਹੋਏ ਨੇ ਬੰਦੇ ਟੇਲਰ ਵੀ ਦੇਖਿਆ ਟੇਲਰ ਦਾ ਐਂਡ ਦਿਖਾਇਆ ਗਿਆ ਸੀਗਾ ਕਿ ਕਈ ਬੰਦੇ ਬਲੱਡ ਵੀ ਲੱਗਾ ਹੋਇਆ ਭੂਤ ਵਾਲੀ ਫਿਲਮ ਹੋਰਰ ਟਾਈਪ ਫਿਲਮ ਲੱਗ ਰਹੀ ਸੀਗੀ ਭੂਤ ਪ੍ਰੇਤ ਦਾ ਵੀ ਕੁਛ ਮਾਮਲਾ ਨਹੀਂ ਭੂਤ ਮਤਲਬ ਇਹਦੇ 'ਚ ਤੁਹਾਡੇ ਮਨਾਂ ਦੇ ਭੂਤ ਦੱਸੇ ਹੋਏ ਨੇ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਹਿ ਦੋਗੇ ਮਤਲਬ ਸਪੈਸ਼ਲ ਭੂਤ ਦੇਖਦੇ ਨੇ ਉਹ ਨਹੀਂ ਹੈਗਾ ਮਤਲਬ ਮਾੜਾ ਜਿਹਾ ਪਿੱਛੇ ਐਂਡ 'ਚ ਤੁਹਾਨੂੰ ਲੱਗਦਾ ਉਹ ਇੱਕ ਤਰ੍ਹਾਂ ਦੇ ਹਲਕਾਏ ਹੋਏ ਬੰਦੇ ਨੇ ਮਤਲਬ ਹਲਕ ਜਾਂਦਾ ਬੰਦਾ ਉਹ ਆ ਮਤਲਬ ਭੂਤ ਨਹੀਂ ਹੈਗੇ ਭੂਤ ਹੈ ਨਹੀਂ ਤੁਹਾਨੂੰ ਮਤਲਬ ਡਰ ਲੱਗੂ ਮਤਲਬ ਤੁਹਾਡੇ ਮਨਾਂ ਦੇ ਅੰਦਰ ਜਿਹੜੇ ਡਰ ਆ ਉਹ ਅਸਲੀ ਭੂਤ ਨੇ ਹੈ ਨਾ ਸਾਡੇ ਦਿਮਾਗ 'ਚ ਜੋ ਅੰਦਰ ਦਿਮਾਗ 'ਚ ਵਿਜ਼ਨ ਹੁੰਦਾ ਉਹ ਸਾਹਮਣੇ ਕਿਤੇ ਵੈਸੇ ਹੀ ਦਿਮਾਗ ਦਾ ਵਹਿਮ ਹੁੰਦਾ ਆ ਅੱਖਾਂ ਦਾ ਵਹਿਮ ਹੁੰਦਾ ਉਹ ਚੀਜ਼ਾਂ ਨੂੰ ਅਸੀਂ ਦਰਸਾਇਆ ਹੋਇਆ ਹਨੇਰੇ 'ਚ ਵੀ ਫਿਲਮ ਜਿਹੜੀ ਦੇਖਿਆ ਗਿਆ ਸ਼ੂਟ ਕੀਤੀ ਗਈ ਹੈ ਹਾਂਜੀ ਹਨੇਰੇ ਦੇ ਵਿੱਚ ਵੀ ਫਿਲਮ ਸ਼ੂਟ ਕੀਤੀ ਰਾਤ ਦੇ ਵਕਤ ਹਾਂਜੀ ਰਾਤ ਦੇ ਕਿਉਂਕਿ ਇਹਦੇ 'ਚ ਸੀਨ ਸੀ ਕੁਝ ਮਤਲਬ ਸਾਡਾ ਇੱਕ ਚੀਜ਼ ਸੀ ਕੁਝ ਵੀ ਕੁਝ ਮੁੰਡੇ ਆ ਉਹ ਲੁੱਟਾਂ ਖੋਹਾਂ ਕਰਦੇ ਆ ਅਤੇ ਉਹਨਾਂ ਨੂੰ ਫੜਨਾ ਹੁੰਦਾ ਆ ਅਤੇ ਉਹ ਐਵੇਂ ਚੀਜ਼ ਸੀ ਕੁਝ ਉਹਦੇ 'ਚ ਹਨੇਰੇ 'ਚ ਵੀ ਹੈਗੀ ਸੀ ਹਾਂਜੀ ਬਿਲਕੁਲ 2017 ਭਾਅ ਜੀ ਹਨੇਰੇ 'ਚ ਵੀ ਹੈਗੀ ਫਿਲਮ ਉਹ ਟ੍ਰੇਲਰ 'ਚ ਐਂ ਲੱਗਦਾ ਕਿ ਆਹ ਵੀ ਹਨੇਰਾ ਹਨੇਰਾ ਪਰ ਦਿਨ ਵੀ ਬਹੁਤ ਆ ਜ਼ਿਆਦਾ ਦਿਨ ਹੀ ਆ ਉਹ ਕਿਉਂਕਿ ਸਾਡੀ ਫਿਲਮ ਦਾ ਜੋਨਰ ਸੀਗਾ ਅਸੀਂ ਜੋਨਰ ਦਰਸਾਉਣਾ ਸੀਗਾ ਕਿ ਹਾਂ ਵੀ ਸਾਡੀ ਫਿਲਮ ਦਾ ਜੋਨਰ ਕੀ ਆ ਉਹ ਉਸ ਕਰਕੇ ਉਹ ਟ੍ਰੇਲਰ ਦਿਖਾਇਆ ਬਣਾਇਆ ਗਿਆ ਕਿਉਂਕਿ ਕਈ ਟ੍ਰੇਲਰ ਹੁੰਦੇ ਆ ਪੰਜਾਬੀ ਫਿਲਮਾਂ ਵਿੱਚ ਵੀ ਇੰਗਲਿਸ਼ ਵਿੱਚ ਵੀ ਹਿੰਦੀ ਵਿੱਚ ਕਈ ਹੁੰਦੇ ਆ ਕਿ ਉਹ ਫਿਲਮ ਟ੍ਰੇਲਰ ਵਿੱਚ ਮਤਲਬ ਡਰ ਉਹਨਾਂ ਨੂੰ ਡਰ ਹੁੰਦਾ ਕਿ ਸਾਡੀ ਆਡੀਅੰਸ ਨਾ ਘੱਟ ਜਾਏ ਕਿ ਹਾਂ ਵੀ ਟ੍ਰੇਲਰ 'ਚ ਸਾਰੀ ਸਟੋਰੀ ਦੱਸ ਦਿੰਦੇ ਆ ਅਸੀਂ ਟ੍ਰੇਲਰ ਅਸੀਂ ਦੱਸ ਨਹੀਂ ਸਕਦੇ ਸਟੋਰੀ ਸਾਡੀ ਕੀ ਆ ਕਿਉਂਕਿ ਬਹੁਤ ਕੁਛ ਆ ਉਹਦੇ ਵਿੱਚ ਹਾਂਜੀ 2 ਘੰਟੇ 40 ਮਿੰਟ ਦੀ ਫਿਲਮ ਹੈ ਜੀ ਲੰਬੇ ਸਮੇਂ ਬਾਅਦ ਜਿਹੜੀ ਇਹ ਵੀ ਆ ਹਾਂ ਪਰ ਇੱਕ ਇਹ ਵੀ ਆ ਫਿਲਮ ਦੇ ਵਿੱਚ ਇਹ ਨਹੀਂ ਹੈਗਾ ਕਿ ਇੱਕ ਫਿਲਮ ਸ਼ੁਰੂ ਹੁੰਦੀ ਆ ਐਵੇਂ ਵੱਧਦੀ ਜਾ ਰਹੀ ਆ ਇਹ ਵੱਧਦੀ ਆ ਫਿਰ ਘੱਟਦੀ ਆ ਫਿਰ ਵੱਧਦੀ ਮਤਲਬ ਉੱਪਰ ਥੱਲੇ ਆ ਤੁਹਾਨੂੰ ਬੰਨ ਕੇ ਰੱਖੇ ਹਾਂ ਬੰਨ ਕੇ ਜ਼ਰੂਰ ਰੱਖੇ ਬੋਰ ਨਹੀਂ ਕਹੂਗਾ ਮੈਂ ਕਿਉਂਕਿ ਮੈਂ ਫਿਲਮ ਕੀਤੀ ਆ ਅਤੇ ਪਰ ਮੈਂ ਆਪ ਨਹੀਂ ਬੋਰ ਹੋਇਆ ਕਿਉਂਕਿ ਮੈਂ ਬਹੁਤ ਇਹੋ ਜਿਹਾ ਬੰਦਾ ਜਿਹੜਾ ਮੈਂ ਐਕਸ਼ਨ ਫਿਲਮਾਂ ਦੇਖਦਾ ਐਕਸ਼ਨ ਫਿਲਮਾਂ ਕਿਵੇਂ ਦੀਆਂ ਕੱਟ 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 ਕਰਕੇ ਚੱਲਦੀਆਂ ਹੈ ਨਾ ਹਾਂਜੀ ਹਾਂ ਇਹਦੇ ਵਿੱਚ ਲੰਬੀ ਇਸ ਕਰਕੇ ਕਿਉਂਕਿ ਇਹਦੇ 'ਚ ਲੌਂਗ ਟੇਕ ਬਹੁਤ ਨੇ ਮੈਨੂੰ ਜਿਵੇਂ ਅੱਧੇ ਅੱਧੇ ਮਿੰਟ ਦਾ ਸੀਨ ਆ ਮਤਲਬ ਇੱਕ ਟੇਕ ਚੱਲੀ ਜਾ ਰਿਹਾ ਐਵੇਂ ਆ ਐਕਸ਼ਨ ਫਿਲਮਾਂ 'ਚ ਹੁੰਦਾ ਵੀ ਬਹੁਤ ਕੱਟ ਹੁੰਦਾ ਮੈਂ ਐਕਸ਼ਨ ਫਿਲਮ ਦੇਖਣ ਵਾਲਾ ਬੰਦਾ ਹਾਂ ਸਾਊਥ ਦੇ ਅਸੀਂ ਕਾਫੀ ਦੇਖਦੇ ਨਹੀਂ ਸਾਊਥ ਨਹੀਂ ਮੈਂ ਭਾਰਤੀ ਵਾਹ ਦੇਖ ਲੈਣਾ ਸਾਊਥ ਵੀ ਦੇਖ ਲੈਣਾ ਜੇ ਸਮਝ ਲੱਗ ਜਾਵੇ ਤਾਂ ਦੇਖ ਲਈਦੀ ਆ ਸਮਝ ਲੱਗਣੀ ਜ਼ਰੂਰ ਮਤਲਬ ਭਾਸ਼ਾ ਸਮਝ ਲੱਗਦੀ ਤਾਂ ਫਿਰ ਦੇਖ ਲਈਦੀ ਆ ਭਾਅ ਜੀ ਆਪਾਂ ਗੱਲ ਕਰੀਏ ਉਹਦੇ ਨਾਲ ਨਾਲ ਕਿੰਨੇ ਮੂਵੀਜ਼ ਕਿੰਨੇ ਟੋਟਲ ਸੌਂਗਸ ਹੈਗੇ ਨੇ ਕਿਉਂਕਿ ਸੌਂਗ ਵੀ ਦਿਖਾਇਆ ਗਿਆ ਸੀ ਬਹੁਤ ਸੋਹਣਾ ਸੀਗਾ ਹਾਂਜੀ ਫਿਲਮ ਦੇ ਵਿੱਚ 4 ਗੀਤ ਨੇ ਜਿਨ੍ਹਾਂ ਨੂੰ ਲਿਖਿਆ ਆ ਬਾਬਾ ਬੁੱਲੇ ਸ਼ਾਹ ਸੰਤ ਕਬੀਰ ਜੀ
ਅਤੇ ਡਾਕਟਰ ਸੁਰਜੀਤ ਪਾਤਰ ਅਤੇ ਇੱਕ ਸਾਡਾ ਦੋਸਤ ਆ ਅਮਨਜੀਤ ਸਿੰਘ ਜਿਹੜਾ ਤੁਸੀਂ ਟ੍ਰੇਲਰ ਦੇਖਿਆ ਸੀਗਾ ਸਾਂਝਾ ਵੇਲੇ ਉਹ ਡਾਇਰੈਕਟਰ ਦਾ ਲਿਖਿਆ ਹੋਇਆ ਆਪਦਾ ਅਤੇ ਗੀਤ ਗਾਏ ਨੇ ਇੱਕ ਮੇਰਾ ਦੋਸਤ ਆ ਰਾਹੁਲ ਗਿੱਲ ਉਹਨਾਂ ਨੇ ਗਾਇਆ ਸਾਧੂ ਰੇ ਕਬੀਰ ਜੀ ਦਾ ਸ਼ਬਦ ਸਾਧੂ ਰੇ ਜੇ ਮੁਰਦੋਂ ਕਾ ਗਾਓ ਉਹ ਸ਼ੁਰੂ ਵਿੱਚ ਆ ਫਿਲਮ ਸਾਡੀ ਫਿਲਮ ਉਸ ਗੀਤ ਤੋਂ ਹੁੰਦੀ ਆ ਅਤੇ ਇਹ ਜਿਹੜਾ ਸਾਂਝਾ ਵੇਲੇ ਸੀਗਾ ਇਹ ਐਂਡ ਕ੍ਰੈਡਿਟ ਆ ਅਤੇ ਇੱਕ ਗੀਤ ਹੈ ਜਲੰਧਰ ਉਲਫਤ ਬਾਜਵਾ ਜੀ ਸ਼ਾਇਰ ਹੋਏ ਨੇ ਉਹਨਾਂ ਦਾ ਗੀਤ ਆ ਲੋਕ ਬੜੇ ਹਰਜਾਈ ਸ਼ਹਿਰ ਜਲੰਧਰ ਵਿੱਚ ਮਤਲਬ ਜਲੰਧਰ ਵਾਲੇ ਮਤਲਬ ਸਪੈਸ਼ਲੀ ਜਿਹੜੇ ਦੁਆਬੇ ਵਾਲੇ ਲੋਕ ਆ ਜਲੰਧਰ ਦੇ ਨਾਲ ਬਿਲੋਂਗ ਕਰਦੇ ਉਹਨਾਂ ਲਈ ਗੀਤ ਆ ਅਤੇ ਜਲੰਧਰ ਉਹ ਬੀਟਸ ਹੋ ਗਿਆ ਉਹ ਇੱਕ ਚੇਜ਼ ਸੀਕੁਐਂਸ ਵਿੱਚ ਆ ਅਤੇ ਉਹ ਮਾਹੌਲ ਸੀਗਾ ਕਿ ਉੱਦਣ ਇੱਕ ਤਿਉਹਾਰ ਪੰਜਾਬੀ ਲੋਹੜੀ ਦਾ ਤਿਉਹਾਰ ਦਿਖਾਇਆ ਹੋਇਆ ਆਪਾਂ ਤਿਉਹਾਰ ਚੱਲ ਰਿਹਾ ਉਹਦੇ ਵਿੱਚ ਪਿੱਛੇ ਕਿਤੇ ਮਤਲਬ ਦਿਖਾਇਆ ਕਿ ਵੱਜ ਰਿਹਾ ਗੀਤ ਉਹ ਕਿਸੇ ਦਿਖਾੜਾ ਲੱਗਾ ਹੋਊਗਾ ਐਵੇਂ ਆ ਅਤੇ ਲੋਕ ਬੜੇ ਹਰਜਾਈ ਸ਼ਹਿਰ ਜਲੰਧਰ ਵਿੱਚ ਇੱਕ ਗੀਤ ਆ ਪ੍ਰਮੋਸ਼ਨਲ ਡਾਕਟਰ ਸੁਰਜੀਤ ਪਾਤਰ ਸਾਹਿਬ ਦਾ ਅਤੇ ਬਾਬਾ ਬੁੱਲੇ ਸ਼ਾਹ ਦਾ ਅਤੇ ਉਹਨੂੰ ਗਾਇਆ ਮਨਰਾਜ ਪਾਤਰ ਨੇ ਸੁਰਜੀਤ ਸਾਹਿਬ ਡਾਕਟਰ ਸੁਰਜੀਤ ਪਾਤਰ ਸਾਹਿਬ ਮੈਂ ਬੇਟੇ ਗੱਲ ਕਰੀਏ ਇਹਨਾਂ 'ਚੋਂ ਪੰਜ ਗੀਤਾਂ 'ਚੋਂ ਕੋਈ ਵੀ ਤੁਹਾਨੂੰ ਇੱਕ ਗੀਤ ਜਿਹੜਾ ਯਾਦ ਹੋਵੇ ਉਹਦੀ ਦੋ ਲਾਈਨਾਂ ਗੀਤ ਮੈਂ ਸਾਰੇ ਕਿਉਂਕਿ ਮੈਂ ਹੀ ਤਿਆਰ ਕਰਵਾਏ ਸੀ ਮੈਨੂੰ ਚੇਤੇ ਆ ਗੀਤ ਮਤਲਬ ਪੂਰੇ ਮੈਨੂੰ ਗਾਉਣਾ ਨਹੀਂ ਆਉਂਦਾ ਹਾਂਜੀ ਸਾਰੇ ਗੀਤ ਸੋਹਣੇ ਨੇ ਜੀ ਇੱਕ ਸੀਗਾ ਸਾਂਝਾਂ ਮੈਨੂੰ ਗਾਉਣਾ ਨਹੀਂ ਆਉਂਦਾ ਜੀ ਸਾਂਝਾਂ ਵੇਲੇ ਪਿੰਡ ਦੇ ਬਨੇਰੇ ਖੜੀ ਮੈਂ ਤੱਕਾਂ ਤੇਰੀ ਰਾਹ ਵੇ ਮੁੜਾ ਵੇ ਖੜੀ ਮੈਂ ਤੱਕਾਂ ਤੇਰੀ ਰਾਹ ਰਾਤਾਂ ਦੇ ਹੜ੍ਹ ਤੋਂ ਕਵੇਲਿਆਂ ਦੇ ਡਰ ਤੋਂ ਧੁੰਦਾਂ ਦੇ ਓਹਲੇ ਹੈ ਖੜਾ ਹਰ ਕੋਈ ਸਮਿਆਂ ਨੂੰ ਲੰਘ ਹੈ ਗਿਆ ਹਰ ਕੋਈ ਐਵੇਂ ਗੀਤ ਹੈ ਜੀ ਅਤੇ ਇੱਕ ਸਾਧੂ ਰੇ ਯੇ ਮੁਰਦੋਂ ਕਾ ਗਾਓ ਪੀਰ ਮਰੇ ਪੈਗੰਬਰ ਮਰੇ ਐਵੇਂ ਹੈ ਜੀ ਮਤਲਬ ਭੁੱਲ ਗਿਆ ਸ਼ਬਦ ਆ ਮਤਲਬ ਕਬੀਰ ਜੀ ਦਾ ਸ਼ਬਦ ਆ ਭਾਈ ਜੜੇ ਵੀ ਪਰ ਬਹੁਤ ਵਧੀਆ ਲੱਗ ਰਹੇ ਨੇ ਸਾਡਾ ਸਾਹਿਤਕ ਜਿਹਾ ਗੀਤ ਨੇ ਸਾਰੇ ਐਂ ਨਹੀਂ ਹੈਗਾ ਕਿ ਮਤਲਬ ਬਾਹਲੇ ਔਫ ਬੀਟ ਚੱਲਣ ਦਿਓ ਆਪਾਂ ਜਿਵੇਂ ਤਾਂ ਸਾਡਾ ਟੇਸਟ ਆ ਉਵੇਂ ਦੇ ਹੀ ਗੀਤ ਨੇ ਜਿਵੇਂ ਦੀ ਸਾਡੀ ਫਿਲਮ ਆ ਉਵੇਂ ਦੇ ਹੀ ਗੀਤ ਨੇ ਮਿਲਦੇ ਜੁਲਦੇ ਨਾਲ ਹਾਂਜੀ ਮਤਲਬ ਇਹ ਨਹੀਂ ਕਿ ਉਹ ਧੱਕੇ ਨਾਲ ਐਡ ਕਰ ਲੈ ਉਹ ਨਹੀਂ ਹੈਗਾ ਜੀ ਹਾਂਜੀ ਧੱਕੇ ਨਾਲ ਇੱਕ ਗੀਤ ਨਾਲੇ ਚੱਲਦੇ ਵੀ ਬੈਕਡ੍ਰੋਪ ਚੱਲਦੇ ਨੇ ਮਤਲਬ ਐਂ ਨਹੀਂ ਫਿਲਮ 'ਚ ਸਪੈਸ਼ਲ ਫਿਲਮਾਏ ਗਏ ਨੇ ਐਵੇਂ ਨਹੀਂ ਹੈਗਾ ਉਹ ਫਿਲਮ ਦੇ ਨਾਲ ਸਟੋਰੀ ਇੱਦਾਂ ਨਹੀਂ ਹੈਗਾ ਪਿੱਛੇ ਚੱਲਦੇ ਨੇ ਹਾਂਜੀ ਐਵੇਂ ਆ ਭਾਅ ਜੀ ਆਪਾਂ ਗੱਲ ਕਰੀਏ ਤੁਹਾਡਾ ਨਾਮ ਹਾਰਪ ਹਾਰਪ ਨਾਮ ਕਿਸ ਤਰ੍ਹਾਂ ਤੁਸੀਂ ਹਾਰਪ ਇੱਕ ਸਾਜ਼ ਹੈ ਜੀ ਸਟ੍ਰਿੰਗ ਇੰਸਟਰੂਮੈਂਟ ਆ ਅਤੇ ਫਾਰਮਰ ਮੈਂ ਕਿਸਾਨ ਹਾਂ ਜਦੋਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਜਦੋਂ ਅਸੀਂ ਕਿਸੇ ਨੂੰ ਸਰਨੇਮ ਦੱਸਦੇ ਹਾਂ ਤਾਂ ਸਰਨੇਮ ਦੱਸਦੇ ਹਾਂ ਤਾਂ ਉਹ ਤੁਹਾਡੇ ਵਿੱਚੋਂ ਆਪਣਾ ਆਪ ਦੇਖਦਾ ਜਦੋਂ ਕਿਸੇ ਨੂੰ ਸਰਨੇਮ ਦੱਸਦਾ ਅੱਛਾ ਇਹ ਉਹ ਆ ਕਈਆਂ ਦੇ ਉੱਪਰ ਕਹਾਣੀਆਂ ਹੈਗੀਆਂ ਨੇ ਪਿੱਛੇ ਅਤੇ ਇਹ ਤਾਂ ਉਹ ਨੇ ਉਹ ਜੱਜ ਕਰ ਲੈਂਦੇ ਨਹੀਂ ਇਹ ਤਾਂ ਮਾੜੇ ਹੁੰਦੇ ਨੇ ਤੂੰ ਮੈਨੂੰ ਵੀ ਕਦੀ ਕਿਸੇ ਨੇ ਪੁੱਛਿਆ ਮੈਂ ਦੱਸਦਾ ਨਹੀਂ ਹੈਗਾ ਮੈਂ ਫਾਰਮਰ ਕਿਸਾਨ ਹਾਂ ਜੀ ਕੋਈ ਵੀ ਹੋ ਸਕਦਾ ਕੋਈ ਵੀ ਹਾਂਜੀ ਤਾਂ ਕਰਕੇ ਹਾਰਪ ਸਾਜ ਆ ਅਤੇ ਮੈਂ ਵੈਸੇ ਹੀ ਫਾਰਮਰ ਵਾਹਵਾ ਚਿਰ 2007 ਜਦੋਂ ਪੂਨੇ ਪੜ੍ਹਦਾ ਸੀ ਉਦੋਂ ਫਾਰਮਰ ਬਣਾਇਆ ਸੀਗਾ ਮਤਲਬ ਇੱਕ ਮੇਰਾ ਆਈਡੀਆ ਮੈਨੂੰ ਇੱਕ ਕਵਿਤਾ ਮਿਲੀ ਸੀਗੀ ਪਹਿਲਾਂ ਮੈਂ ਇੱਕ ਕਵਿਤਾ ਲਿਖੀ ਸੀ ਮੈਂ ਕਿਸਾਨ ਹਾਂ ਮਿੱਟੀ 'ਚ ਜਨਮਦਾ ਅੰਤ ਮਿੱਟੀ ਹੋ ਜਾਂਦਾ ਮਤਲਬ ਐਵੇਂ ਕਰਕੇ ਲਫ਼ਜ਼ ਤੁਕਬੰਦੀ ਕਰ ਦਿੱਤੀ ਕਹਿ ਸਕਦੇ ਤਾਂ ਅਸੀਂ ਫਿਰ ਮੈਂ ਵੈਸੇ ਹੀ ਗੂਗਲ ਕਰਦੇ ਕਰਦੇ ਮੈਨੂੰ ਇੱਕ ਕਵਿਤਾ ਮਿਲੀ ਫਾਰਮਰਸ ਦੇ ਉੱਪਰ ਆਈ ਓਨਲੀ ਆ ਫਾਰਮਰ ਆਈ ਨੋ ਸਨ ਬੈਟਰ ਦੈਨ ਐਨੀ ਮਨ ਮਤਲਬ ਇੱਕ ਬੰਦਾ ਜਿੰਨੇ ਵੀ ਕਿੱਤੇ ਦੁਨੀਆ ਦੇ ਵਿੱਚ ਕਰਦਾ ਜਿੰਨੇ ਵੀ ਕਿੱਤੇ ਹੁੰਦੇ ਉਹ ਇੱਕ ਫਾਰਮਰ ਦਸਾਏ ਹੋਏ ਸੀਗੇ ਕਿ ਉਹ ਬੰਦਾ ਫਾਰਮਰ ਵੀ ਕਰਦਾ ਟੈਂਡਰ ਸਟੋਕਿਸਟ ਡਾਕਟਰ ਹਸਬੈਂਡ ਆਫ ਵਾਈਫ ਮਤਲਬ ਹੈ ਨਾ ਫਾਦਰ ਉਹ ਫਾਰਮਰ ਹੁੰਦਾ ਇੱਕ ਅਤੇ ਉਹ ਮੈਨੂੰ ਬੜਾ ਵਧੀਆ ਲੱਗਾ ਮਤਲਬ ਵਾਹਵਾ ਸੀ ਅਨਨੋਨ ਔਥਰ ਸੀਗਾ ਉਹਦਾ ਅਤੇ ਉਹ ਮੈਨੂੰ ਫਾਰਮਰ ਉੱਥੋਂ ਬੜਾ ਕਿਸਾਨ ਫਾਰਮਰ ਅਤੇ ਮੈਂ ਉਹ ਬਣਾ ਲਿਆ ਫਿਰ ਜਦੋਂ ਮੈਂ ਇੱਥੇ ਪੰਜਾਬ 'ਚ ਸੀਗਾ ਤਾਂ ਵੈਸੇ ਇੱਕ ਵਾਰ ਮੇਰੇ ਇੱਕ ਭੈਣ ਭਾਅ ਜੀ ਨੇ ਉਹਨਾਂ ਦਾ ਸਟੂਡੀਓ ਆ ਮਤਲਬ ਮਿਊਜ਼ਿਕ ਸੰਗੀਤਕਾਰ ਨੇ ਅਤੇ ਉਹ ਬੱਚਿਆਂ ਨੂੰ ਗੁਰਬਾਣੀ ਕੀਰਤਨ ਸਿਖਾਉਂਦੇ ਨੇ ਸੁਖਦੇਵ ਨਡਾਲੋਂ ਉਹ ਪੋਇਟ ਵੀ ਬਹੁਤ ਵਧੀਆ ਨੇ ਸੁਖਦੇਵ ਨਡਾਲੋਂ ਅਤੇ ਉਹਨਾਂ ਨੇ ਉਹਨਾਂ ਦੇ ਸਟੂਡੀਓ ਬੈਠਾ ਸੀ ਵੈਸੇ ਮੈਂ ਡਿਕਸ਼ਨਰੀ ਵਿੱਚ ਹਰਪ੍ਰੀਤ ਹੈ ਮੇਰਾ ਨਾਂ ਵੈਸੇ ਮੈਂ ਹਰਪ੍ਰੀਤ ਲਿਖਣ ਲੱਗਾ ਹਰਪ੍ਰੀਤ ਲਿਖਿਆ ਉਹ ਹਾਰਪ ਆ ਗਿਆ ਮੈਂ ਦੇਖਿਆ ਬੜਾ ਵਧੀਆ ਲਫ਼ਜ਼ ਆ ਹਾਰਪ ਸਾਜ਼ ਆ ਹੈ ਨਾ ਅਤੇ ਉਹ ਮੈਂ ਭੁੱਲ ਗਿਆ ਉਸ ਦਿਨ ਭੁੱਲ ਗਿਆ ਵੀ ਥੋੜ੍ਹੇ ਦਿਨਾਂ ਬਾਅਦ ਮੈਂ ਜਿਹੜਾ ਫਾਰਮਰ ਵਾਟਰਮਾਰਕ ਸੀਗਾ ਮੇਰਾ ਫਾਰਮਰ ਦਾ ਇੱਕ ਵਾਟਰਮਾਰਕ ਬਣਾਇਆ ਹੋਇਆ ਮੈਂ ਉਹ ਮੈਂ ਫੋਟੋਗ੍ਰਾਫੀ ਕਰਦਾ ਸੀ ਉਹਦੇ ਉੱਪਰ ਲਾ ਦਿੰਦਾ ਸੀਗਾ ਉਹ ਉਸ ਦਿਨ ਬੈਠੇ ਬੈਠੇ ਉਹ ਹਾਰਪ ਹੀ ਆਇਆ ਮੈਂ ਉਹ ਹਾਰਪ ਮੇਰਾ ਲੋਗੋ ਸੀਗਾ ਕਣਕ ਦੇ ਸਿੱਟੇ ਆ ਉਹ ਤੋਂ ਬਾਅਦ ਫਾਰਮਰ ਆ ਸੂਈ ਦਾ ਸੀਟ ਸੋਫਟ ਮਾਰੋ ਐਵੇਂ ਸੀਗਾ ਉਹ ਮੂਹਰੇ ਹਾਰਪ ਮੈਂ ਜੋੜ ਦਿੱਤਾ ਉਹ ਹਾਰਪ ਫਾਰਮਰ ਬੜਾ ਸੋਹਣਾ ਲੱਗਾ ਮੈਨੂੰ ਉਹ ਮੈਂ ਰੱਖ ਦਿੱਤਾ ਉਹਦੇ ਉੱਪਰ ਪਲੇਸ ਕਰ ਦਿੱਤਾ ਫੋਟੋ ਦੇ ਉੱਪਰ ਵਾਟਰਮਾਰਕ ਉਈ ਵੀ ਚੋਰੀ ਨਾ ਕਰ ਲਓ ਉਹ ਚਾਅ ਜਿਹਾ ਹੁੰਦਾ ਸੀ ਵੀ ਹਾਂ ਵੀ ਕੋਈ ਚੋਰੀ ਕਰ ਲਊਗਾ ਚਲੋ ਉਹ ਤਾਂ ਕਿਹੜਾ ਹੁੰਦਾ ਨਾ ਜਿਹਨੂੰ ਪਸੰਦ ਆ ਉਹਨੂੰ ਲੈ ਜਾਣੀ ਚੀਜ਼ ਅਤੇ ਫਿਰ ਮੈਂ ਉਹਦੇ ਉੱਪਰ ਰੱਖਦਾ ਫੇਸਬੁੱਕ 'ਤੇ ਸੀਗਾ ਮੇਰਾ ਦੋ ਮੈਂ ਯੂਜ ਸੋਸ਼ਲ ਮੀਡੀਆ ਕਰਦਾ ਨਹੀਂ ਸੀਗਾ ਪਹਿਲਾਂ ਕੀਤਾ ਉਦੋਂ ਓਵਰਕੋਟ ਦਾ ਜ਼ਮਾਨਾ ਸੀਗਾ ਉਹ ਬੋਰ ਜੇ ਕਰਨ ਲੱਗ ਪਈ ਤਾਂ ਮੈਂ ਬੰਦ ਅਤੇ ਫੇਸਬੁੱਕ 'ਤੇ ਮੇਰਾ ਦੋਸਤ ਕਹਿੰਦਾ ਇਹਦਾ ਆਡੀਅੰਸ ਹੈਗੀ ਇੱਥੇ ਤੂੰ ਆਪਦੀਆਂ ਫੋਟੋਆਂ ਇੱਥੇ ਪਾ ਦੇ ਕਰ ਦਿਖਾ ਦੇ ਕਰ ਪੰਜਾਬ ਦੀ ਕਿਉਂਕਿ ਦੁਨੀਆ ਬਹੁਤ ਤਰ੍ਹਾਂ ਦੀ ਬੈਠੀ ਆ ਸੋਸ਼ਲ ਮੀਡੀਆ ਦੇ ਬਾਹਰ ਵੀ ਦੇਖ ਸਕਦੇ ਲੋਕ ਜਿਵੇਂ ਹੈ ਨਾ ਤਾਂ ਉਹ ਫੋਟੋਆਂ ਪਾਉਣੀਆਂ ਸ਼ੁਰੂ ਕੀਤੀਆਂ ਮੈਂ ਉੱਥੇ ਹਾਰਪ ਫਾਰਮਰ ਕਰ ਦਿੱਤਾ ਅਤੇ ਵੈਸੇ ਕੋਈ ਹਾਰਪ ਕਿਹੜਾ ਕਿਸੇ ਨੂੰ ਪਤਾ ਉਹ ਮੈਨੂੰ ਧੂਕੇ ਲੈ ਗਿਆ ਮੈਂ ਕਿਸੇ ਨੂੰ ਦੱਸਾਂ ਕਿ ਮੈਂ ਹਰਪ੍ਰੀਤ ਨਾ ਮੈਂ ਕਿਸੇ ਨੂੰ ਮੇਰੇ ਦੋਸਤ ਨੂੰ ਕਿਸੇ ਨੂੰ ਫੋਨ ਮੈਂ ਫਾਰਮਰ ਬੋਲਦਾ ਪਰ ਉਹ ਸਮਝਦੇ ਆ ਨਹੀਂ ਤਾਂ ਹਰਪ੍ਰੀਤ ਕਹਿ ਦੇਵਾਂ ਕਿਸੇ ਨੂੰ ਨਹੀਂ ਪਤਾ ਹਾਂਜੀ ਤਾਂ ਕਰਕੇ
ਐਵੇਂ ਹਾਂ ਅਤੇ ਮੈਂ ਪੰਜਾਬ ਦੀ ਫੋਟੋਗ੍ਰਾਫੀ ਕੀਤੀ ਬੇਸਿਕਲੀ ਮੈਂ ਉਸ ਤੋਂ ਮੈਨੂੰ ਮਤਲਬ ਉਹ ਵੀ ਕਹਿ ਸਕਦੇ ਹਾਂ ਕਿ ਮੈਨੂੰ ਪੰਜਾਬ ਦੇ ਰੰਗ ਸੋਹਣੇ ਲੱਗਦੇ ਆ ਉਹ ਤੁਸੀਂ ਕਲਰ ਤੋਂ ਪੰਜਾਬ ਦੇ ਨਾਂ 'ਤੇ ਮੈਂ ਇੱਥੇ ਲੁਧਿਆਣੇ ਚੰਡੀਗੜ੍ਹ ਅਤੇ ਇਹ ਅੰਮ੍ਰਿਤਸਰ ਐਗਜੀਬਿਸ਼ਨ ਲਾਈਆਂ ਮੈਨੂੰ ਤੁਸੀਂ ਔਨਲਾਈਨ ਵੀ ਦੇਖ ਸਕਦੇ ਕਲਰ ਤੋਂ ਪੰਜਾਬ 'ਤੇ ਮੇਰਾ ਪੇਜ ਆ ਫੇਸਬੁੱਕ 'ਤੇ ਉਹਦੇ ਉੱਪਰ ਕਲਰ ਤੋਂ ਪੰਜਾਬ 'ਤੇ ਐਗਜੀਬਿਸ਼ਨ ਉਹ ਐਲਬਮ ਆ ਐਗਜੀਬਿਸ਼ਨ ਇੱਕ ਜਿਹੜਾ ਔਨਲਾਈਨ ਐਗਜੀਬਿਸ਼ਨ ਪਈ ਆ ਉਹ ਫੋਟੋਆਂ ਦੇਖ ਸਕਦੇ ਹਾਂ ਹਾਂਜੀ ਪੰਜਾਬ ਦੇ ਮਤਲਬ ਸੋਹਣੇ ਰੰਗ ਮੈਨੂੰ ਦਿਖਾਉਣ ਦਾ ਆਦਤ ਆ ਮਤਲਬ ਮੈਨੂੰ ਨੈਗੇਟਿਵ ਚੀਜ਼ ਪਸੰਦ ਨਹੀਂ ਹੈਗੀ ਕੋਈ ਪੰਜਾਬ ਦੇ ਬਾਰੇ ਨੈਗੇਟਿਵ ਕਰੇ ਵੀ ਮੈਨੂੰ ਗੁੱਸਾ ਆਉਂਦਾ ਕਿ ਹਾਂ ਵੀ ਕਿਉਂਕਿ ਮਤਲਬ ਇੱਕ ਬੰਦੇ ਦੀ ਸਾਈਕੋਲੋਜੀ ਕੀ ਆ ਜੇ ਤੁਸੀਂ ਕਿਸੇ ਨੂੰ 100 ਗੱਲਾਂ ਚੰਗੀਆਂ ਦੱਸੋ ਉਹ ਐਨਰਜੀ ਲੈ ਕੇ ਆਉਂਦਾ ਤੁਸੀਂ ਇੱਕ ਮਾੜੀ ਦੱਸ ਦਿਉ ਉਹਦੇ ਬਰਾਬਰ ਲੋ ਇੱਕ ਦੂਜੇ ਨੈਗੇਟਿਵ ਵੀ ਬਾਹਲਾ ਨੈਗੇਟਿਵ ਜਾਂਦਾ ਉਹ ਤੋਂ ਭਾਰੀ ਆ 100 ਗੱਲਾਂ ਤੋਂ ਮੈਂ ਉਹੀ ਗੱਲ ਹੁਣ ਪੁੱਛਣ ਲੱਗਾ ਕਿ ਹਾਰਪ੍ਰੀਤ ਹੋਬੀਜ਼ ਕਿਹੜੀ ਕਿਹੜੀਆਂ ਨੇ ਇਸ ਤੋਂ ਇਲਾਵਾ ਮੈਂ ਫੋਟੋਗ੍ਰਾਫੀ ਕਰਦਾ ਮੈਂ ਸ਼ੌਂਕ ਵੀ ਪੰਜਾਬ ਦੇ ਰੰਗ ਇਕੱਠੇ ਕਰਨ ਦੀ ਆਦਤ ਆ ਅਤੇ ਹਾਂ ਟਰੈਵਲ ਕਰਦਾ ਮੈਨੂੰ ਟਰੈਵਲ ਮੈਂ ਬਾਹਲਾ ਕਰਦਾ ਰੋਜ਼ ਮੈਂ ਘੱਟੋ ਘੱਟ 100-200 ਕਿਲੋਮੀਟਰ ਤੱਕ ਘੁੰਮੇ ਲੈਂਦਾ ਰੋਜ਼ ਘੁੰਮਦਾ ਹੈ ਨਾ ਅਤੇ ਪੜ੍ਹ ਲੈਂਦਾ ਥੋੜ੍ਹਾ ਜਿਹਾ ਖਾਣ ਪੀਣ ਨਵੀਆਂ ਚੀਜ਼ਾਂ ਲੱਭਣ ਦਾ ਸ਼ੌਂਕ ਹੈ ਖਾਣ ਪੀਣ ਵਾਲੀਆਂ ਮੈਂ ਮਿੱਠਾ ਵਾਲਾ ਖਾਂਦਾ ਡਾਈਟੀਸ਼ਨ ਹਮੇਸ਼ਾ ਕਹਿੰਦਾ ਮਿੱਠਾ ਘੱਟ ਖਾਓ ਹੈ ਮਿੱਠਾ ਨਾ ਡਾਈਟੀਸ਼ਨ ਤੁਸੀਂ ਤੁਸੀਂ ਜ਼ੋਰ ਲਾਓਗੇ ਤਾਂ ਮਿੱਠਾ ਵੀ ਕੀ ਕਹਿੰਦਾ ਹੈ ਨਾ ਤੁਸੀਂ ਸਰੀਰ ਨੂੰ ਤੋੜੋਗੇ ਤਾਂ ਮਿੱਠਾ ਵੀ ਕੁਛ ਨਹੀਂ ਕਹਿੰਦਾ ਹੈਗਾ ਬਸ ਮਿੱਠਾ ਜੇ ਤੁਸੀਂ ਬੈਠ ਕੇ ਬਾਬਾ ਨਾਨਕ ਕਹਿੰਦਾ ਫਿੱਟ ਇਹ ਵਾਜੀ ਵਜੇ ਅਤੇ ਖਾਧੇ ਵਧਾਇਆ ਪੇਟ ਵੀ ਖਾ ਪੀ ਕੇ ਇਹੋ ਜਿਹੀ ਜੀਣਾ ਮਾੜਾ ਖਾਧਾ ਪੀਤਾ ਹੈ ਨਾ ਢੇਡੀ ਵਧਾਇਆ ਹੋਰ ਕੁਛ ਨਹੀਂ ਕਰਿਆ ਜੇ ਤੁਸੀਂ ਤੋੜੋਗੇ ਸਰੀਰ ਨੂੰ ਫਿਰ ਤਾਂ ਕੋਈ ਚੱਕਰ ਨਹੀਂ ਆਇਆ ਹਾਂ ਸਭ ਘਿਓ ਖਾਣਾ ਜ਼ਰੂਰ ਅਤੇ ਹੁਣ ਦੇਖੋ ਡਾਕਟਰ ਆ ਡਾਕਟਰ ਕਹਿੰਦੇ ਦੇਸੀ ਘਿਓ ਨਹੀਂ ਖਾਣਾ ਚਾਹੀਦਾ ਸਗੋਂ ਦੇਸੀ ਘਿਓ ਖਾਣਾ ਚਾਹੀਦਾ ਦੇਸੀ ਘਿਓ ਫੈਟ ਬਰਨ ਕਰਦਾ ਉਹ ਡਾਕਟਰ ਕਿਉਂਕਿ ਪਤਾ ਕੀ ਆ ਹੁਣ ਦੁਨੀਆ ਬੈਠੀ ਆ ਡਾਕਟਰ ਕੋਲ ਜਾਂਦੀ ਆ ਡਾਕਟਰ ਕਹਿੰਦਾ ਆਏ ਨਹੀਂ ਉਹ ਡਾਕਟਰਾਂ ਜਿਹੜੀ ਕੰਪਨੀਜ਼ ਆਉਂਦੀਆਂ ਜੀ ਇਹ ਕੰਪਨੀ ਆਈ ਉਹਨੇ ਤੇਲ ਵੇਚਣਾ ਆਪਣਾ ਘਿਓ ਪ੍ਰੋਡਕਟ ਵੇਚਣਾ ਉਹਨੇ ਵਾਹਵਾ ਕਰਨੀ ਦੂਜੇ ਪ੍ਰੋਡਕਟ ਨੂੰ ਨਕਾਰਨਾ ਸਾਡੇ ਗੁੜ ਮਾੜਾ ਚੰਗਾ ਸੀਗਾ ਉਹਨੂੰ ਮਾੜਾ ਬਣਾ ਤਾ ਘਿਓ ਚੰਗਾ ਸੀਗਾ ਉਹਨੂੰ ਮਾੜਾ ਬਣਾ ਤਾ ਜਦਕਿ ਘਿਓ ਤੁਸੀਂ ਰੋਜ਼ 3 ਚਮਚੇ ਖਾ ਸਕਦੇ ਤੁਹਾਨੂੰ ਫੈਟ ਬਰਨ ਪੰਜਾਬ ਤਾਂ ਵੈਸੇ ਹੀ ਸੀਗਾ ਘਿਓ ਸ਼ੱਕਰ ਗੁੜ ਤੋਂ ਬਿਨਾਂ ਤਾਂ ਗੱਡੀ ਨਹੀਂ ਚੱਲਦੀ ਸੀ ਕੋਈ ਕਣਕ ਵੱਢਦਾ ਰਿਹਾ ਮੈਂ ਕਣਕਾਂ ਦੇ ਵੱਢਦੇ ਅਤੇ ਵਾਢੀ 'ਤੇ ਸਾਨੂੰ ਮਤਲਬ ਇੰਨਾ ਨਾ ਘਿਓ ਵੱਟ ਕੌਲੀ ਭਰ ਕੇ ਘਿਓ ਅਤੇ ਉਹਦੇ 'ਚ ਸ਼ੱਕਰ ਪਾ ਕੇ ਖਾਣਾ ਹੁੰਦਾ ਸੀ ਵੀ ਹਾਂ ਵੀ ਸਰੀਰ ਸੈੱਟ ਰਹਿੰਦਾ ਮਿਲਖਾ ਸਿੰਘ ਜੀ ਨੂੰ ਦੇਖ ਲਓ ਸਾਰਾ ਕਿੰਨਾ ਦਿਖਾਇਆ ਦੇਸੀ ਘਿਓ ਹਾਂ ਅਤੇ ਮੈਂ ਮਤਲਬ ਅਸੀਂ ਦੇਸੀ ਘਿਓ ਖਾਂਦੇ ਰਹੇ ਸਾਨੂੰ ਮਾੜਾ ਬਣਾ ਉਹਨਾਂ ਨੂੰ ਮਾੜਾ ਬਣਾ ਤਾ ਕਿ ਦੇਸੀ ਘਿਓ ਮਾੜਾ ਜੀ ਇੰਨਾ ਆ ਹੋ ਜਾਂਦਾ ਕੁਛ ਵੀ ਨਹੀਂ ਹੁੰਦਾ ਸਗੋਂ ਤਾਂ ਚੰਗਾ ਹੁੰਦਾ ਦੇਸੀ ਘਿਓ ਜੇ ਮਤਲਬ ਸਾਇੰਸ ਦੀ ਗੱਲ ਕਰਾਂ ਮਤਲਬ ਜਿਹੜਾ ਦੇ ਡਾਲਡਾ ਜਾਂ ਓਲੀਵ ਓਇਲ ਜਿਹੜੇ ਵੀ ਹੁੰਦੇ ਆ ਉਹ ਹਾਈਡਰੋਜਨੇਟਡ ਕੀਤੇ ਹੁੰਦੇ ਨੇ ਅਤੇ ਉਹ ਕੋਲੈਸਟਰੋਲ ਲੈਵਲ ਵਧਾਉਂਦੇ ਨੇ ਸਗੋਂ ਦੇਸੀ ਘਿਓ ਹੀਟ ਦੇ ਨਾਲ ਗਰਮ ਕੀਤਾ ਹੁੰਦਾ ਹੈ ਨਾ ਅਤੇ ਉਹ ਜੈਨੂਨ ਹੁੰਦਾ ਬਿਲਕੁਲ ਅਤੇ ਆਪਾਂ ਗੱਲ ਕਰੀਏ ਭਾਈ ਤੁਹਾਨੂੰ ਇੰਡਸਟਰੀ ਤੁਹਾਨੂੰ ਸਾਨੂੰ ਕਿਹੜਾ ਕਿਹੜੇ ਬੰਦੇ ਤੁਸੀਂ ਫੋਲੋ ਕਰਦੇ ਆਪਣੀ ਪੰਜਾਬੀ ਇੰਡਸਟਰੀ ਦੇ ਬਾਲੀਵੁੱਡ ਐਕਟਰਸ ਨੂੰ ਕਿਹਨੂੰ ਫੋਲੋ ਐਕਟਰਸ ਨੂੰ ਆਪਾਂ ਗੱਲ ਕਰੀਏ ਆਪਾਂ ਕਿਸੇ ਨੂੰ ਫੋਲੋ ਕਰਦੇ ਆਪਾਂ ਨੂੰ ਕਿਸੇ ਨੂੰ ਕਿਸੇ ਸਿੱਖਾਂ ਨੂੰ ਮਿਲਦਾ ਨਹੀਂ ਮੈਂ ਤਾਂ ਨਹੀਂ ਫੋਲੋ ਕਰਦਾ ਕਿਸੇ ਨੂੰ ਨਹੀਂ ਮਤਲਬ ਮੇਰਾ ਜੋ ਟੇਸਟ ਹੀ ਨਹੀਂ ਹੈਗਾ ਮੈਂ ਕਿਵੇਂ ਕਹਿ ਸਕਦਾ ਕਿ ਹਾਂ ਮੈਂ ਕਿਸੇ ਨੂੰ ਫੋਲੋ ਹਾਂ ਬਾਬੇ ਨਾਨਕ ਨੂੰ ਫੋਲੋ ਕਰ ਲਈਦਾ ਬਸ ਹੋਰ ਨਹੀਂ ਪੰਜਾਬ ਨੂੰ ਮਤਲਬ ਪੰਜਾਬ ਨੂੰ ਫੋਲੋ ਕਰ ਸਕਦੇ ਹਾਂ ਕਿਉਂ ਮੈਨੂੰ ਪੰਜਾਬ ਦੇ ਵਿੱਚ ਪਹਿਲਾਂ ਮੈਂ ਫੋਟੋਗ੍ਰਾਫੀ ਕਰਦਾ ਸੀ ਪਿੰਡਾਂ ਦੀਆਂ ਫਿਰ ਮੈਂ ਆਪਦੇ ਪੋਰਟਰੇਟ ਬਣਾਏ ਮਤਲਬ ਕੁੜਤਾ ਚਾਦਰਾ ਪਾ ਕੇ ਐਵੇਂ ਇੱਕ ਮੈਂ ਫੋਟੋ ਬਣਾਈ ਸੀ ਮਤਲਬ ਉਹ ਵਾਹਵਾ ਪਸੰਦ ਕੀਤੀ ਮੈਲਬਰਨ ਗਿਆ ਸੀਗਾ ਮੈਂ ਆਸਟ੍ਰੇਲੀਆ ਅਤੇ ਕੁੜਤਾ ਚਾਦਰਾ ਲਾ ਕੇ ਗਲੀ ਦੇ ਵਿੱਚ ਬਰਗਰ ਖਾਂਦਾ ਪੱਗ ਬੰਨ੍ਹ ਕੇ ਸੋ ਲੋਕ ਪੰਜਾਬ ਦੇ ਲੋਕ ਮਤਲਬ ਮੈਨੂੰ ਪੋਰਟਰੇਟ ਬਣਾਉਣ ਦਾ ਚਾਅ ਹੈ ਕਿ ਹਾਂ ਵੀ ਕੁਛ ਚੀਜ਼ਾਂ ਸੀ ਮੇਰੇ ਮੈਂ ਕਿਤੇ ਕੁਛ ਦੇਖਦਾ ਹਾਂ ਫੋਟੋ ਕਿਤੇ ਨਵੀਂ ਚੀਜ਼ ਮਿਲਦੀ ਆ ਤਾਂ ਉਹਨੂੰ ਮੈਂ ਦੇਖਦਾ ਕਿ ਮੈਂ ਇਹਨੂੰ ਆਪਣੇ ਰੰਗ ਵਿੱਚ ਕਿਵੇਂ ਢਾਲ ਸਕਦਾ ਜਾਂ ਜੇ ਮੇਰੇ ਪੰਜਾਬ 'ਚ ਹੋਊਗੀ ਤਾਂ ਇਹ ਕਿਵੇਂ ਲੱਗੂਗੀ ਜੇ ਕਿਤੇ ਬਾਹਰ ਵੀ ਦੇਖ ਲਈ ਆਪਾਂ ਤਾਂ ਉਹਨੂੰ ਬਸ ਬਣਾਉਣ ਦਾ ਸ਼ੌਂਕ ਹੈ ਮੈਂ ਹਾਂ ਵਿਜ਼ੂਅਲ ਬਣਾ ਲਈਦੇ ਆ ਬਿਲਕੁਲ ਅਪਕਮਿੰਗ ਪ੍ਰੋਜੈਕਟਸ ਕੀ ਹੈਗੇ ਅਪਕਮਿੰਗ ਇਹੀ ਸੀਗਾ ਇੱਕ ਮੁਕਾ ਕੇ ਫਿਰ ਅਗਲਾ ਕਰਾਂਗੇ ਹਾਂ ਅਗਲਾ ਇੱਕ ਮੇਰਾ ਫਿਲਮ ਦਾ ਨਾਮ ਹੈ ਮੈਂ ਨਾਮ ਦੱਸ ਸਕਦਾ ਕਿਉਂਕਿ ਸਕ੍ਰਿਪਟਿੰਗ ਚੱਲ ਰਹੀ ਆ ਪਹਿਲਾਂ ਮੈਂ ਕਿਸੇ ਕੁਰਾਜ ਨੂੰ ਪੂਰੀ ਨਹੀਂ ਕੀਤੀ ਫਿਰ ਮੈਨੂੰ ਹੁਣ ਆਪ ਹੀ ਲਿਖਣੀ ਪੈਣੀ ਆ ਤਾਂ ਉਹਦੇ ਲਈ ਬੈਠਣਾ ਪੈਣਾ ਸਰਦਾਰ ਕਿਸਾਨ ਸਿੰਘ ਹੈ ਮੇਰੀ ਫਿਲਮ ਤਾਂ ਇੱਕ ਕਰੈਕਟਰ ਆ ਕ੍ਰੀਏਟ ਕਰ ਰਿਹਾ ਪੰਜਾਬ ਦੇ ਵਿੱਚ ਨਹੀਂ ਹੈਗਾ ਉਹ ਮਤਲਬ ਉਹ ਤੁਸੀਂ ਹੋਲੀਵੁੱਡ 'ਚ ਕਹਿ ਸਕਦੇ ਆ ਉਹ ਕਰੈਕਟਰ ਹੈਗਾ ਬੋਲੀਵੁੱਡ 'ਚ ਪਰ ਪੰਜਾਬ ਦੇ ਵਿੱਚ ਨਹੀਂ ਹੈਗਾ ਉਹ ਮੈਂ ਇੱਕ ਕਰੈਕਟਰ ਲੈ ਕੇ ਆ ਰਿਹਾ ਸਰਦਾਰ ਕਿਸਾਨ ਸਿੰਘ ਉਹਦਾ ਨਾਮ ਆ ਸਰਦਾਰ ਕਿਸਾਨ ਸਿੰਘ ਦੇਖਣ ਨੂੰ ਮਿਲ ਜੇਗੀ ਮੈਂ ਮਤਲਬ ਮਨ 'ਚ ਤਾਂ ਇਹੀ ਧਾਰਿਆ ਕਿ ਇਸ ਸਾਲ ਰਿਲੀਜ਼ ਕਰਨੀ ਆ ਅਤੇ ਅੱਗੇ ਦੇਖੋ ਜੀ ਸਾਡੇ ਦੇਸ਼ ਅਤੇ ਵਿਦੇਸ਼ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦੇਸ਼ ਅਤੇ ਵਿਦੇਸ਼ ਮੈਂ ਤਾਂ ਇਹੀ ਕਹੂੰ ਫਿਲਮ ਦੀ ਪ੍ਰਮੋਸ਼ਨ 'ਤੇ ਆਇਆ ਅਤੇ ਫਿਲਮ ਦੀ ਪ੍ਰਮੋਸ਼ਨ ਕਿ ਵੇੜਾ ਦੇਖੋ ਸਾਡਾ ਇੱਕ ਤਜਰਬਾ ਆ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਆ ਇੱਕ ਪੰਜਾਬੀ ਸਿਨੇਮਾ ਜੋ ਚੱਲ ਰਿਹਾ ਸੀ ਉਦੋਂ ਲੀਹ ਤੋਂ ਹਟ ਕੇ ਬਿਲਕੁਲ ਲੀਹ ਤੋਂ ਹਟ ਕੇ ਜਦੋਂ ਤੁਸੀਂ ਫਿਲਮ ਮਤਲਬ ਹਰ ਕੋਈ ਕਹਿ ਦਿੰਦਾ ਹੁੰਦਾ ਕਿ ਅਸੀਂ ਵੱਖਰੀ ਫਿਲਮ ਬਣਾਈ ਆ ਮਤਲਬ ਪਰ ਜਦੋਂ ਤੁਸੀਂ ਦੇਖੋ ਮੈਂ ਦੇਖੀਆਂ ਫਿਲਮਾਂ ਜਿਹੜੇ ਕਹਿੰਦੇ ਸੀਗੇ ਮੈਂ ਕਿ ਹਾਂ ਲੀਹ ਤੋਂ ਹਟ ਕੇ ਬਣਾਈ ਆ ਮੈਂ ਉਹਨਾਂ ਦੀ ਫਿਲਮਾਂ ਦੇਖੀਆਂ ਉਹ ਜਮਾਂ ਹੀ ਨਹੀਂ ਸੀ ਲੀਹ ਤੋਂ ਹਟ ਕੇ
ਪਰ ਮੈਂ ਇਹ ਸ਼ਿਓਰ ਕਹਿ ਦਿੰਦਾ ਕਿ ਜਦੋਂ ਤੁਸੀਂ ਦੇਖੋਗੇ ਕਹਿਣਾ ਹਾਂ ਵੀ ਭਾਈ ਕਦੀ ਪੰਜਾਬੀ ਸਿਨੇਮੇ 'ਚ ਇਹੋ ਜਿਹੀ ਫਿਲਮ ਨਹੀਂ ਬਣੀ, ਕਦੇ ਵੀ ਨਹੀਂ ਬਣੀ ਹੋਊਗੀ। ਮਤਲਬ ਮੈਂ ਵੀ ਫਿਲਮ ਮੇਕਰ ਹਾਂ, ਕਿਉਂਕਿ ਇਹ ਮੇਰੇ ਦੋਸਤ ਦਾ ਉਹਦਾ ਥੋਟ ਸੀਗੇ, ਤਾਂ ਕਿ ਇਹ ਸੱਚੀ ਨਹੀਂ ਬਣੀ ਹੈਗੀ, ਇਹ ਸ਼ੋਰ ਆ 100%। ਫਿਰ ਕਹਿ ਦਿਓ ਭਾਜੀ ਫਿਲਮ ਜ਼ਰੂਰ ਦੇਖਣ ਜਾਣਾ ਅਤੇ ਤਰੀਕ ਵੀ ਦੱਸ ਦਿਓ। ਹਾਂ, ਸਾਡੀ ਫਿਲਮ ਆ ਰਹੀ ਕਵੇਲਾ 21 ਅਪ੍ਰੈਲ ਨੂੰ, ਸੋ ਸਾਰਿਆਂ ਨੇ ਦੇਖਣਾ ਵੱਧ ਚੜ ਕੇ, ਕਿਉਂਕਿ ਸਾਨੂੰ ਮਤਲਬ ਤੁਸੀਂ ਇਹ ਵੀ ਦੇਖ ਲਓ ਸਾਨੂੰ ਇੱਕ ਇੱਕ ਸ਼ੋਅ ਆ ਸਰ, ਇੱਕ ਸ਼ੋਅ ਮਿਲਿਆ, ਇੱਕ ਦਿਹਾੜੀ ਦਾ ਇੱਕ ਸ਼ੋਅ ਆ, ਤਾਂ ਤੁਸੀਂ ਕੀ ਕਹਿ ਸਕਦੇ ਫਿਰ ਪਲੱਸ ਪੁਆਇੰਟ ਵੀ ਦੱਸੋ ਕਿ 2 ਘੰਟੇ 40 ਮਿੰਟ ਦੀ ਫਿਲਮ, ਬਹੁਤ ਟਾਈਮ 40 ਮਿੰਟ ਦੀ ਆ ਅਤੇ ਸਾਨੂੰ ਇੱਕ ਇੱਕ ਸ਼ੋਅ ਆ, ਸੋ ਸਾਨੂੰ ਸ਼ੋਅ ਉਦੋਂ ਮਿਲੂਗੇ ਜੇ ਤੁਸੀਂ ਦੇਖੋਗੇ, ਜੇ ਅਸੀਂ ਤੁਸੀਂ ਦੇਖੋਗੇ ਸ਼ੋਅ ਭਰੂਗਾ ਪਹਿਲਾਂ ਅਤੇ ਉਹਨਾਂ ਨੇ ਸ਼ੋਅ ਵਧਾਉਣੇ ਆ, ਜੇ ਨਹੀਂ ਦੇਖਿਆ ਫਿਰ ਉਹਨਾਂ ਨੂੰ ਕੱਟ ਕੇ ਉਹ ਮਾਰਨੀ ਆ। ਸੋ ਉਮੀਦ ਆ ਕਿ ਤੁਸੀਂ ਦੇਖੋਗੇ, ਤਾਂ ਧੰਨਵਾਦ ਜੀ। ਥੈਂਕ ਯੂ ਸੋ ਮਚ ਜੀ। ਸੋ ਦੋਸਤੋ, ਭਾਜੀ ਦੀ ਫਿਲਮ ਆ ਰਹੀ ਹੈ 21 ਅਪ੍ਰੈਲ ਨੂੰ ਕਵੇਲਾ, ਜ਼ਰੂਰ ਦੇਖਣ ਜਾਈਏ, ਆਪਣੇ ਪਰਿਵਾਰ ਦੇ ਸਦੱਸਿਆਂ ਨੂੰ ਵੀ ਨਾਲ ਲੈ ਕੇ ਜਾਈਏ। ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਆਪਣੇ ਸ਼ਹਿਰ ਦੀ ਸਫਾਈ ਰੱਖੋ, ਆਪਣੇ ਮਾਤਾ ਪਿਤਾ ਦਾ ਧਿਆਨ ਰੱਖੋ। ਕੈਮਰਾ ਪਰਸਨ ਵੀ ਮਨਜੀਤ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।